ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਤੋਂ ਬਾਅਦ ਪੰਜਾਬ ਦੇ ਤਲਵਾੜਾ 'ਚ ਵੀ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਜਿੱਤ ਦੀ ਖੁਸ਼ੀ ਮਨਾਉਂਦੇ ਹੋਏ ਸ਼ਹਿਰ 'ਚ ਰੋਡ ਸ਼ੋਅ ਕੱਢਿਆ। ਰੋਡ ਸ਼ੋਅ 'ਚ ਵਿਕਰਾਂਤ, ਅੰਕੁਰ ਸੂਦ, ਸੁਸ਼ਾਂਤ, ਕਿਸ਼ੋਰੀ ਲਾਲ ਆਦਿ ਸ਼ਾਮਿਲ ਸਨ। ਤਲਵਾੜਾ ਤੋਂ ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂੰ ਥਾਪਰ ਦੀ ਵਿਸ਼ੇਸ਼ ਰਿਪੋਰਟ। ਮੈਂ ਸਾਰੇ ਤਲਵਾੜੇ ਦੇ ਇਲਾਕਾ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੀ ਜਿੱਤ 'ਤੇ ਬਹੁਤ ਬਹੁਤ ਵਧਾਈ ਦਿੰਦਾ ਅਤੇ ਜਿਹੜੀ 2020 ਦੀ ਐਡੀ ਵੱਡੀ ਜਿੱਤ ਜਿਹੜੀ ਹੈ ਕੇਜਰੀਵਾਲ ਸਾਹਿਬ ਨੇ ਕੀਤੀ ਹੈ, ਉਹਨਾਂ ਦੀ ਬਦੌਲਤ, ਉਹਨਾਂ ਦੇ ਕੰਮਾਂ ਦੀ ਬਦੌਲਤ, ਜੋ ਉਹਨਾਂ ਨੇ ਹੋਸਪਿਟਲ, ਸਕੂਲ, ਮੁਹੱਲਾ ਕਲੀਨਿਕ ਔਰ ਸੜਕਾਂ, ਨੌਕਰੀਆਂ ਦਿੱਤੀਆਂ, ਉਹਦੀ ਬਦੌਲਤ ਜਿਹੜੀ ਹੈ ਜਿੱਤ ਹੋਈ ਹੈ। ਇਹ ਹਿੰਦੂ ਮੁਸਲਮਾਨ ਦੀ ਜਿਹੜੀ ਬੀਜੇਪੀ ਰਾਜਨੀਤੀ ਕਰਦੀ ਸੀ ਉਹਨੂੰ ਹਰਾ ਕੇ ਕੰਮਾਂ ਦੀ ਜਿੱਤ ਹੋਈ ਹੈ। ਇਸ ਲਈ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਹਾਂ। ਤਾਂ ਹੁਣ ਸਿੱਧੇ 2022 'ਚ ਪੰਜਾਬ ਦੀ ਵਾਰੀ ਹੈ, ਦਿੱਲੀ ਦੀ ਵਾਰੀ ਹੋ। ਪੰਜਾਬ 'ਚ ਜਿਹੜੀਆਂ ਸੀਟਾਂ ਨਿਕਲੂ ਤੁਹਾਡੇ ਖਿਆਲ ਨਾਲ ਕਿੰਨੀਆਂ ਕੁ ਨਿਕਲ ਸਕਦੀਆਂ? ਉਹ ਤਾਂ ਜੀ ਚਲੋ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਦੇਖਾਂਗੇ।